ਗੱਡੀ ਬਹੁਤ ਸੋਹਣੀ ਆ ਹੈ। ਬਿਲਕੁਲ ਬਿਲਕੁਲ, ਗੱਡੀ ਤਾਂ ਬਾਈ ਸੋਹਣੀ ਆ, ਗੱਡੀ ਦੇ ਪਹਿਲਾਂ ਲਾਏ ਦੇਖੋ ਕਿੰਨੇ ਕਿਤੇ ਹੋਣਗੇ ਲਾਏ ਵੀਲ ਬਾਈ ਉਦੋਂ। ਬਾਈ ਲਾਇਆਂ ਦੀ ਗੱਲ ਨਾ ਪੁੱਛੋ ਕਿੰਨੇ ਦੇ ਹੋਣਗੇ ਲਾਏ ਆ, ਜਿੰਨੇ ਦੇ ਲਾਏ ਤੇ ਜਿੰਨੇ ਦਾ ਇਹਦਾ ਨੰਬਰ ਆ ਉਹਨੇ ਦੀ ਇੱਕ ਨਵੀਂ SUV ਖੜਦੀ ਆ। ਜਿਹਨੂੰ ਜਿਹਨੂੰ ਇਹਦਾ ਪਤਾ ਵੀ ਕੀ ਚੀਜ਼ ਆ ਰੂਬੀਕੌਨ ਆ ਰੈਂਗਲਰ, ਉਹ ਬੰਦਾ ਇਹੀ ਚੀਜ਼ ਲੈਂਦਾ। ਟਾਈਮ ਤਾਂ ਪਤਾ ਨੀ ਸਾਨੂੰ ਕਿੰਨਾ ਕੁ ਹੋ ਗਿਆ, ਪਰ ਉਹਨਾਂ ਨੂੰ ਜ਼ਿਆਦਾ ਟਾਈਮ ਪਤਾ ਗਾ ਜਿਹੜੇ ਸਰੀਕਾਂ ਦੀ ਨੀਂਦ ਉੱਡੀ ਹੋਈ ਆ। ਯਾਰ ਇਹਦੇ ਚ ਤਾਂ ਧਾਰ ਚ ਤਾਂ ਬਹੁਤ ਫਰਕ ਆ, ਬਹੁਤ ਬਹੁਤ ਵੀਰੇ ਫਰਕ ਆ। ਰੇਟ ਦਾ ਕਿੰਨਾ ਕੁ ਫਰਕ ਆ? ਇਹਦੀ ਗ੍ਰਿਲ ਗਰੋਲ ਦਾ ਪਾ ਲੈਂਦੇ ਆ ਲੋਕ ਥਾਰ ਨੂੰ, ਪਰ ਉਹ ਗਾਣੂ ਬਣਦੀ ਆ ਜੀ। ਸੈਲਫ ਡਰਾਈਵ ਦੇ ਉੱਪਰ ਮੰਨ ਲਓ ਆਪਣੇ ਕੋਲ ਇੱਕ ਤਾਂ ਆਹ ਸੀਗੀ ਰੂਬੀਕੌਨ, ਹਨਾ, ਹੋਰ ਕਿਹੜੀ ਕਿਹੜੀ ਹੈਗੀ ਸੈਲਫ ਡਰਾਈਵ ਤੇ ਜੇ ਕਿਸੇ ਨੇ ਆਪਣੀ ਵੀਰ ਨਾਲ? ਹੋਰ ਆਪਣੇ ਕੋਲੇ LC ਹੈਗਾ ਜੀ, LC ਆ, ਤੇ ਦੂਸਰਾ ਰੇਂਜ ਰੋਵਰ ਵੀ ਹੈਗਾ ਜੀ, ਉਹ ਵੀ ਦੇ ਦਿੰਨੇ ਆ ਆਪਾਂ। ਅੱਛਾ ਹਾਂ, ਬਾਕੀ ਫੋਰਚੂਨਰ ਤਾਂ ਹੈਗੀ ਆ ਜੀ, ਤੁਹਾਨੂੰ ਪਤਾ ਹੋਣਾ ਫੋਰ ਨਵੇਂ ਮਾਡਲ ਪੁਰਾਣਾ ਮਾਡਲ ਉਹ ਜਿਹਨੇ ਵੀ ਵਿਆਹ ਤੇ ਗੱਡੀ ਕਰਨੀ ਭਾਵੇਂ ਰੋਲਸ ਰੋਇਸ ਭਾਵੇਂ ਰੂਬੀਕੌਨ ਜਿਹੜੀ ਮਰਜ਼ੀ ਕਰਨੀ ਆ, ਜਿਹੜੀ ਗੱਡੀ ਚਾਹੁੰਦੇ ਭਾਈ ਪੈਦਾ ਕਰ ਦੇਣਗੇ ਸਾਡੇ ਭਰਾ ਹੈਗੇ ਰੋਇਲ ਲਿਮੋ ਵਾਲੇ, ਬਾਈ ਸਾਡਾ ਗੈਰੀ, ਬਾਈ ਸਾਡਾ ਹੈਪੀ। ਉਦਾਂ ਜੇ ਇਸ ਟਾਈਮ ਕੋਈ ਔਨ ਰੋਡ ਨਵੀਂ ਕਢਾਉਂਦਾ, ਹਾਂਜੀ ਹੈ ਨਾ, ਇਹ ਤਾਂ 23 ਮਾਡਲ ਆ ਸੁੱਖ ਨਾ। ਹਾਂਜੀ ਹਾਂਜੀ ਵੀਰੇ, ਜੇ ਮੰਨ ਲਓ ਨਵੀਂ ਕੋਈ ਰੂਬੀਕੌਨ ਕਢਾਉਂਦਾ ਕਿੰਨੇ ਕੀ ਦੀ ਪੈਂਦੀ ਹੋਊਗੀ? 70-75 ਦੇ ਆਸ ਪਾਸ ਹੋਏਗੀ ਜੀ। 70 ਰਾਤ ਨੂੰ ਨੀਂਦ ਬੜੀ ਵਧੀਆ ਆਉਂਦੀ ਹੁਣ ਹੈ। ਬਿਲਕੁਲ 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 ਵੀਰੇ, ਜਦੋਂ ਅਸੀਂ ਲਈ ਆ ਨੀਂਦ ਬਹੁਤ ਵਧੀਆ ਆਰਾਮ ਦੀ ਸਕੂਨ ਦੀ ਆਈ ਆ ਜਿੱਦਣ ਅਸੀਂ ਲੈ ਲਈ ਆ, ਪਰ ਕਈਆਂ ਦੀ ਨੀਂਦ ਉੱਡ ਗਈ ਆ ਉਦਣ। ਗੱਡੀਆਂ ਤਾਂ ਹੈਗੀਆਂ ਵੀਰੇ, ਕਾਫੀ ਹੈਗੀਆਂ ਨੇ ਸੁਖਨਾ, ਸਾਰੀਆਂ ਹੀ ਸਾਰੇ ਮਾਡਲ ਆਪਣੇ ਕੋਲ ਹੈਗੇ ਆ, ਕਈ ਕਈ ਮਾਡਲ ਹੈਗੇ ਆ ਜੀ। ਬਈ ਇਹ ਸਾਰੀਆਂ ਉਹ ਵਾਲੀਆਂ ਗੱਡੀਆਂ ਨੇ ਹੈ ਜਿਹੜੀਆਂ ਲੋਕ ਸੋਚਦੇ ਸਾਡੇ ਵਿਹੜੇ 'ਚ ਖੜੀਆਂ ਹੋਣ, ਸਾਡੇ ਘਰੇ ਖੜੀਆਂ ਹੋਣ। ਬਿਲਕੁਲ ਬਿਲਕੁਲ, ਉਹ ਵਾਲੀਆਂ ਕਾਰਨ ਇਹ ਕਿਹੜੀਆਂ ਰੂਬੀਕੌਨ? ਇਹ ਰੂਬੀਕੌਨ ਆ ਵੀਰੇ, ਰੂਬੀਕੌਨ ਗੌਰ ਨਾਲ ਧਿਆਨ ਨਾਲ ਦੇਖ ਕੇ ਦੇਖੋ ਵੀਰੇ, ਇਹਦੀ ਗ੍ਰਿਲ ਵੱਲ ਦੇਖ ਕੇ ਸਾਰਾ ਸਵਾਦ ਜਿਹਾ ਆਉਂਦਾ ਨਾ ਵੀ ਹਾਂ ਇਹ ਗੱਡੀ ਹੈਗੀ ਆ ਵਾਕੇ ਬਈ ਯਾਰ ਹੈ। ਬਿਲਕੁਲ ਹੈ ਕਿੰਨੇ ਕਿਤੇ ਓਦਾਂ
ਇਹ ਬਾਈ ਕਿੰਨੇ ਦੇ ਆਪਾਂ ਮੈਂ ਤੁਹਾਨੂੰ ਦੱਸਦੇ ਵੀ ਕਿੰਨੇ ਕੁ ਦੇ ਆ ਬਾਈ, ਬਸ ਐਂ ਲਾ ਲਓ ਵੀ ਲਾਇਆ ਤੇ ਨੰਬਰ ਦੀ ਇੱਕ ਗੱਡੀ ਆ ਜੂਗੀ ਨਵੀਂ ਬਾਈ, ਇੰਨੇ ਦਾ ਸਿੱਧਾ ਮੁੱਲ ਨਹੀਂ ਦੱਸ ਸਕਦੇ। ਹਾਂਜੀ 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 ਇਹ ਬਾਈ ਗੱਡੀ ਬੇਸਿਕਲੀ ਜਾਂਦੀ ਕਿੱਥੇ ਕਿੱਥੇ ਆ ਹੁਣ ਤਾਂ? ਇਹ ਗੱਡੀ ਵੀਰੇ ਆਮ ਸਾਰੀ ਕਿਤੇ ਹੀ ਹੈ, ਜਾਂਦੀ ਆ ਵਿਆਹ ਤੇ ਵੀ ਯੂਜ਼ ਹੋ ਜਾਂਦੀ ਆ ਨਾ, ਵੈਡਿੰਗ ਲਈ ਵੀ ਲੋਕ ਲੈ ਲੈਂਦੇ ਆ, ਤੇ ਮੋਸਟਲੀ ਸੈਲਫ ਡਰਾਈਵ ਲਈ ਆ। ਸੈਲਫ ਡਰਾਈਵ ਲਈ ਲੋਕ ਵੀਰ ਕੋਈ ਮਤਲਬ ਕਿ 2 ਮਹੀਨੇ ਲਈ 15 ਦਿਨ, ਇਹਨੂੰ ਤਾਂ ਪ੍ਰਮੋਸ਼ਨ ਦੀ ਲੋੜ ਹੀ ਨਹੀਂ ਪਈ। ਹਾਂਜੀ 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 ਲੋੜ ਹੀ ਨਹੀਂ। ਜਦੋਂ ਆਪਣੀ ਵੀਡੀਓ ਕਰਨੀ ਸੀ ਬਾਈ ਕਹਿੰਦੇ ਬਾਈ ਰੂਬੀ ਕੌਣ ਲੈ ਆਂਦੀ, ਫੋਟੋ ਬਾਦੀ ਲਾਏ ਪੈਂਦੇ ਸੀ ਉਹਨੂੰ। ਹਾਂ ਉਦੋਂ ਪਹਿਲਾਂ ਕਹਿੰਦੇ ਵੀਰੇ ਵੀਡੀਓ ਕਰਨੀ ਪਰਸੋਂ ਨੂੰ। ਹਾਂਜੀ ਪਰਸੋਂ ਤੋਂ ਪਹਿਲਾਂ ਹੀ ਚਲ ਗਈ। ਹਾਂਜੀ ਹਾਂ ਲਾਏ ਪੈਣ ਤੋਂ ਨਾਲ ਹੀ ਚਲ ਗਈ, ਨਾਲ ਹੀ ਚਲ ਗਈ ਇਹ, ਮਤਲਬ ਤਾਂ ਹੁਣ ਵਾਪਸ ਆਈ ਉਦੋਂ ਦੀ। ਹਾਂਜੀ ਹਾਂਜੀ ਹੁਣ ਆਈ, 4 ਮਹੀਨੇ ਬਾਅਦ ਬਾਈ ਗੱਡੀ ਵਾਪਸ ਆਈ ਆ। ਹਾਂਜੀ ਹਾਂਜੀ ਤੇ ਇਹਦੀ ਡਿਮਾਂਡ ਵੱਧਦੀ ਆ ਦੂਜੀ, ਡਿਮਾਂਡ ਹੈਗੀ ਆ। ਹਾਂਜੀ ਇਹਦੇ 'ਚ ਇਹੋ ਜਿਹਾ ਕੀ ਲੱਗਾ ਜਿਹੜਾ ਡਿਮਾਂਡ ਬਹੁਤ ਆਈ ਆ? ਡਿਮਾਂਡ ਵੀ ਉਹਦਾ ਨਾ ਹੀ ਆ ਰੂਬੀ ਕੌਣ, ਵੈਸੇ ਹੀ ਜਨਰਲੀ ਗੱਡੀ ਇਹ ਸੈਲਫ ਡਰਾਈਵਨ ਗੱਡੀਆਂ ਬਹੁਤ ਨੇ, ਬਹੁਤ ਫੋਰਚੂਨਰ 18 ਵਾਧੂ ਮਿਲਦੀਆਂ ਨੇ, ਇਹ ਚੀਜ਼ਾਂ ਬਹੁਤ ਘੱਟ ਮਿਲਦੀਆਂ ਨੇ, ਬਹੁਤ ਰੇਅਰ ਆ। ਜਿਹਨੂੰ ਇਹਦਾ ਪਤਾ ਵੀ ਕੀ ਚੀਜ਼ ਆ ਰੂਬੀ ਕੌਣ ਆ ਰੈਂਗਲਰ, ਉਹ ਬੰਦਾ ਇਹੀ ਚੀਜ਼ ਲੈਂਦਾ। ਸ਼ੌਂਕ ਬਹੁਤ ਸੀ ਵੀਰੇ, ਬਹੁਤ ਟਾਈਮ ਦਾ ਸੀਗਾ ਤੇ ਸ਼ੌਂਕ ਪੂਰਾ ਬਸ ਕਰ ਲਿਆ ਯਾਰ। ਇੱਕ ਚੀਜ਼ ਆ ਆਪਣੇ ਬੈਡਿੰਗ ਲਾਈਨ ਵਾਲੇ ਭਰਾ ਨਾ ਹੋਰ ਬਹੁਤ ਨੇ, ਹਾਂਜੀ ਆਪਣੇ ਯਾਰ ਦੋਸਤ ਨੇ ਭਰਾ ਨੇ ਜੀ ਵੀਰੇ। ਬਈ ਯਾਰ ਜਿਹੜੀਆਂ ਹਾਲੀਆਂ ਗੱਡੀਆਂ ਨੇ ਜਿੱਦਾਂ LC ਆ, ਆ ਇਹ ਕਿਸੇ ਕਿਸੇ ਕੋਲੇ ਆ ਕਿ ਮੈਨੂੰ ਲੱਗਦਾ ਕਿਸੇ ਕੋਲ ਹੈ ਹੀ ਨਹੀਂ। ਜੀ 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 ਇਹ ਕਾਰਾਂ ਨਾ ਵੀਰੇ ਜ਼ਿਆਦਾ ਨਾ ਆਪਣੇ ਜਿਹੜੀਆਂ ਵੈਡਿੰਗ ਲਾਈਨ ਵਾਲੀਆਂ ਕਾਰਾਂ ਨੇ ਉਹ ਹੈਗੀਆਂ ਨੇ ਦੂਸਰੀਆਂ ਵੈਡਿੰਗ ਕਾਰਾਂ, ਜੀ ਵੈਗਨ ਹੋ ਗਈ, ਸਡਾਨਾ ਹੋ ਗਈਆਂ, ਇਹਨਾਂ ਨੂੰ ਇਹ ਲੋਕ ਨਾ ਵੈਡਿੰਗ ਲਈ ਘੱਟ ਯੂਜ਼ ਹੁੰਦੀਆਂ ਨੇ, ਜਿਵੇਂ ਹੋਰ ਸੈਲਫ ਡਰਾਈਵ ਲਈ ਜਾਂ ਕਿਤੇ ਸ਼ੂਟ ਲਈ ਉਹਦੇ ਲਈ ਜ਼ਿਆਦਾ ਹੁੰਦੀਆਂ ਨੇ। ਜਿਹੜੀ ਆਹ ਹੈ ਬਈ ਮੈਨੂੰ ਲੱਗਦਾ ਸਾਰੇ ਲਾਣੇ ਚੋਂ ਇਕੱਲੀ ਇੱਕ ਬੰਦੇ ਕੋਲ ਹੀ ਹੋ ਰਹੀ ਹੈ। ਜੀ ਵੀਰੇ ਜੀ ਵੀਰੇ ਹਾਂਜੀ। ਤੇ ਯਾਰ ਇਹਦੇ ਵਿੱਚ ਸਿੱਖਣਾ ਯਾਰ ਮੂੜ ਮੂੜ ਜੇ ਬਾਵਾ ਲੱਗੇ ਪਏ ਨੇ ਹੈ ਵੀ ਕੀ ਆ ਦੇਖੋ ਯਾਰ ਇਹਦੇ 'ਚ ਤਾਂ ਧਾਰ 'ਚ ਤਾਂ ਬਹੁਤ ਫਰਕ ਆ, ਬਹੁਤ ਬਹੁਤ ਵੀਰੇ ਫਰਕ ਆ, ਰੇਟ ਦਾ ਕਿੰਨਾ ਕੁ ਫਰਕ ਆ। ਇਹਦੀ ਗ੍ਰਿਲ ਗਰੋਲ ਦਾ ਪਾ ਲੈਂਦੇ ਆ ਲੋਕ ਥਾਰ ਨੂੰ, ਪਰ ਉਹ ਗਾਣੂ ਬਣਦੀ ਹੈ ਜੀ। ਵੈਸੇ ਬਈ ਉਦਾਂ ਜੇ ਇਸ ਟਾਈਮ ਕੋਈ ਔਨ ਰੋਡ ਨਵੀਂ ਕਢਾਉਂਦਾ, ਹਾਂਜੀ ਹੈ ਨਾ, ਇਹ ਤਾਂ 23 ਮਾਡਲ ਆ ਸੁੱਖ ਨਾ। ਹਾਂਜੀ ਹਾਂਜੀ ਵੀਰੇ, ਜੇ ਮੰਨ ਲਓ ਨਵੀਂ ਕੋਈ ਰੂਬੀ ਕੌਣ ਕਢਾਉਂਦਾ ਕਿੰਨੇ ਕੁ ਦੀ ਪੈਂਦੀ ਹੋਊਗੀ? 70-75 ਦੇ ਆਸ ਪਾਸ ਹੋਏਗੀ ਜੀ। 70 ਪਹਿਲਾਂ ਘੱਟ ਹੁੰਦੀ ਸੀ, ਹੁਣ ਮੈਨੂੰ ਲੱਗਦਾ ਰੇਟ ਤਾਂ ਵੱਧ ਗਿਆ ਸ਼ਾਇਦ, ਡਿਮਾਂਡ ਵੱਧ ਗਈ। ਹਾਂਜੀ ਹਾਂਜੀ ਜਿਵੇਂ ਉਹ ਕਹਿੰਦਾ ਤੇਰੀ ਰੂਬੀ ਕੌਣ ਵੀ ਸੀਮਟ ਰੰਗੀ ਜੀ ਸੁੱਖ ਨਾ, ਤੁਹਾਡੇ ਕੋਲ ਵੀ ਉਹੀ ਆ। ਹਾਂਜੀ 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 ਵੀਰੇ ਇਹ ਕਲਰ ਦੀ ਜ਼ਿਆਦਾ ਡਿਮਾਂਡ ਆ, ਇਹਦੀ ਵੱਧ ਡਿਮਾਂਡ ਆ। ਹਾਂਜੀ 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 ਬਾਈ ਬਾਈ ਇਹ ਫੀਚਰ ਫੂਚਰ ਤੇ ਦੇਖੇ ਪਹਿਲਾਂ ਲੈਣ ਤੋਂ ਕਹਿੰਦੇ ਗੱਲੀ ਗੱਡੀ ਦੇਖ ਲਈ ਬਸ ਇੱਦਾਂ ਹੈ ਨਹੀਂ ਵੀਰੇ? ਫੀਚਰ ਤਾਂ ਆਪਾਂ ਨੂੰ ਜ਼ਿਆਦਾ ਉਹ ਨਹੀਂ ਕਹਿੰਦੇ ਗੱਡੀ ਦੀ, ਸਾਡੇ ਕੋਲ ਤਾਂ ਜਿਵੇਂ ਹੁੰਦਾ ਵੀ ਗੱਡੀ ਦੀ ਡਿਮਾਂਡ ਦੇ ਅਕੋਰਡਿੰਗ ਆ ਜਾਂ ਆਪਦਾ ਸ਼ੌਂਕ ਵੀ ਹੁੰਦਾ ਗਾ, ਗੱਡੀ ਪਹਿਲਾਂ ਫੀਚਰ ਦਾ ਪਤਾ। ਫੀਚਰ ਇਹਦਾ ਜ਼ਿਆਦਾ ਨਹੀਂ ਜ਼ਿਆਦਾ, ਵੈਸੇ ਇਹ ਆਫ ਰੋਡਿੰਗ ਵਾ ਜ਼ਿਆਦਾ ਵਹੀਕਲ ਆ ਇਹ, ਤੇ ਫੀਚਰ ਤਾਂ ਨਹੀਂ ਹੈਗਾ ਜ਼ਿਆਦਾ ਮਾਇਨੇ ਰੱਖਦੀ ਸੀ, ਆਪਾਂ ਨੂੰ ਗੱਡੀ ਜ਼ਿਆਦਾ ਸੀ। ਹਾਂਜੀ ਭਾਈ ਇਹੀ ਗੱਡ ਖਾਨਾ ਸਾਨੂੰ ਚਾਹੀਦਾ ਹੈ ਜੀ ਜੀ, ਜਿਵੇਂ ਇਹਦੇ ਲਾਏ ਵੀ ਲਾ ਸੁੱਖਣਾ। ਹਾਂਜੀ ਕਸਟਮਰ ਨੂੰ ਇਹੀ ਲਾਏ ਵੀ ਪਾ ਕੇ ਦਿੰਦੇ ਹੋ ਗੱਡੀ? ਹਾਂਜੀ ਵੀਰੇ ਇਹ ਵੀ ਦੇ ਦਿੰਦੇ ਆ, ਤੇ ਜਿਹੜੇ ਕੰਪਨੀ ਹੈਗੇ ਵਾਲੇ ਨਾਲ ਆਇਆ ਉਹ ਵੀ ਦੇ ਦਿੰਦੇ ਆ, ਚੁਆਇਸ ਆ ਕਿਸੇ ਦੀ, ਚੁਆਇਸ ਉਹ ਆ ਕਿ ਇਹ ਸਾਡੇ ਨਾਲ ਗੈਰੀ ਹੈਪੀ ਹੋਣੀ ਬਾਈ ਇਹ ਸਾਰੇ ਫੇਮਸ ਹੁੰਦਾ ਹੈਗੇ ਨੇ ਆਪਣੇ ਲਾਣੇ ਚੋਂ ਭਾਈ, ਇਹਨਾਂ ਦੀ ਗੱਡੀਆਂ ਸਾਰੀਆਂ ਨੂੰ ਲਾਏ ਵੀਲ ਹੁੰਦੇ ਨੇ ਸੋਹਣੇ, ਬਹੁਤ ਜ਼ਿਆਦਾ ਸੋਹਣੇ। ਇਹ ਜਿੰਨੀਆਂ ਰੇਂਜਾਂ ਨੇ ਰੇਂਜਾਂ ਦੇ ਵਿੱਕੀ ਲਾਏ ਵੀਲ ਦੇਖੀ। ਫਿਰ ਜਦੋਂ ਬਾਈ ਹੁਣੀ LC ਲਿਆਂਦਾ, ਬਾਈ ਦਾ ਪਹਿਲਾਂ ਮੈਨੂੰ ਫੋਨ ਆਇਆ ਬਾਈ ਗੱਡੀ ਲੈਂਦੀ ਆ, ਵੀਡੀਓ ਉਦੋਂ ਕਰਨੀ ਜਦੋਂ ਇਹਦੇ ਲਾਈਵ ਵੀਲ ਪੈ ਗਏ ਹੈ। ਹਾਂਜੀ 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 ਫਿਰ ਇਹ ਵੀ ਉਦੋਂ ਕਰਨੀ ਜਦੋਂ ਇਹਦੇ ਲਾਈਵ ਵੀਲ ਪੈ ਗਏ। ਬਾਈ ਲਾਈਵ ਵੀਲਾਂ ਦਾ ਸ਼ੌਂਕ ਕਾਹਤੋਂ ਪਏ ਸਾਰਿਆਂ ਨੂੰ? ਵੀਰੇ ਕੋਈ ਵੀ ਗੱਡੀ ਆ ਦੇਖੋ ਉਹਨੂੰ ਸ਼ੌਂਕ ਨਾਲ ਜੇ ਆਪਾਂ ਰੱਖਦੇ ਹਾਂ ਨਾ, ਸ਼ੌਂਕ ਨਾਲ ਅਸੀਂ ਸਭ ਚੀਜ਼ ਸ਼ੌਂਕ ਨਾਲ ਹੀ ਰੱਖੀ ਹੋਈ ਹੈ। ਹਾਂ
ਸ਼ੌਂਕ ਨਾਲ ਵੀ ਆ ਨਾਲ ਕੰਮ ਵੀ ਆ ਹਨਾ। ਸ਼ੌਂਕ ਨਾਲ ਤਾਂ ਹੀ ਆ ਜੇ ਚੀਜ਼ ਵੀਰੇ ਉਹਦਾ, ਜੇ ਆਪਾਂ ਸ਼ੌਂਕ ਨਾਲ ਵਧੀਆ ਲਾਏ ਲੋਏ ਪਾ ਕੇ ਸੋਹਣੀ ਸੁਨੱਖੀ ਲੱਗੇ ਗੱਡੀ, ਖੜਾਵਾ ਲੱਗ ਗੱਡੀ ਦਾ ਲੱਗੇ ਵੀ ਹਾਂ ਹੈਗਾ। ਵੈਸੇ ਬਾਈ ਉੱਦਾਂ ਸੁਪਨਾ ਕਿਹੜੀ ਕਿਹੜੀ ਗੱਡੀ ਦਾ ਸੀਗਾ ਜਿਹੜੀ ਜਿਹੜੀ ਲੈ ਲਈ ਹੁਣ ਤਾਈ? ਸੁਪਨਾ ਤਾਂ ਸਾਰੀਆਂ ਦਾ ਸੀਗਾ ਜੀ, ਇਹ ਤਾਂ ਕਈ ਤਾਂ ਅਸੀਂ ਸੋਚੀਆਂ ਵੀ ਨਹੀਂ ਸੀਗੀਆਂ ਵੀ ਅਸੀਂ ਲੈ ਲਾਂਗੇ, ਅਸੀਂ ਕਦੇ ਦੇਖੀਆਂ ਵੀ ਨਹੀਂ ਹੁੰਦੀਆਂ, ਅਸੀਂ ਉਹ ਵੀ ਲੈ ਲਈਆਂ। ਭਰਾਵਾਂ ਦਾ ਕਿੰਨਾ ਕੁ ਬਾਈ ਇਹ 'ਚ ਸਾਥ ਹੈਗਾ ਹੁਣ, ਕਿਉਂਕਿ ਮੈਂ ਦੇਖਦਾ ਜਿੰਨੇ ਕੁ ਤੁਸੀਂ ਸਾਰੇ ਇਕੱਠੇ ਬੈਠੇ ਹੁੰਦੇ ਹੋ, ਭਰਾਵਾਂ ਦਾ ਕਿੰਨਾ ਕੁ ਯੋਗਦਾਨ ਹੈਗਾ? ਪੂਰਾ ਹੀ ਆ ਜੀ, ਪੂਰਾ ਹੀ ਆ, ਪੂਰਾ ਹੀ ਆ। ਭਰਾਵਾਂ ਤੋਂ ਬਿਨਾਂ ਦੇਖੋ ਸਪੋਰਟ ਤੋਂ ਬਿਨਾਂ ਨਹੀਂ ਹੁੰਦਾ ਕੋਈ ਵੀ ਐਡਾ ਕੰਮ, ਤੇ ਭਰਾਵਾਂ ਦੋ ਹੋਰ ਸਾਰੇ ਮਤਲਬ ਕਿ ਕਹਿ ਲਓ ਕਿ ਨਾਲ ਸਪੋਰਟ ਤੁਹਾਡੇ ਵਰਗੇ ਭਰਾਵਾਂ ਦੀ ਹੋਈ ਆ, ਸਾਰਿਆਂ ਨਾਲ ਹੀ ਆ ਵੀਰੇ ਸਾਥ ਨਾਲ। ਹਾਂਜੀ ਬਾਈ, ਪਹਿਲੀ ਗੱਡੀ ਕਿਹੜੀ ਸੀ ਉਦੋਂ ਮੈਨੂੰ ਯਾਰ? ਮੈਂ ਤਾਂ ਜਿੱਦਾਂ ਦਾ ਤੁਹਾਨੂੰ ਮਿਲਿਆ ਤੁਹਾਡੇ ਕੋਲ ਸੁਪਨਾ ਕੱਢ ਖਾਣਾ, ਬੜਾ ਸੋਹਣਾ ਖੜਾ ਹੁੰਦਾ, ਗੱਡੀਆਂ ਗੱਡੀਆਂ ਹੈਗੀਆਂ ਨੇ ਸੋਹਣੀਆਂ। ਹਾਂਜੀ, ਪਹਿਲੀ ਗੱਡੀ ਕਿਹੜੀ ਲਈ ਸੀ ਉਦੋਂ? ਪਹਿਲੀ ਵੀਰੇ ਮਰਸਰੀ ਲਈ ਸੀ, ਈ ਕਲਾਸ ਸੀ, ਈ ਕਲਾਸ। ਹਾਂਜੀ, ਉਹ ਤੋਂ ਗਾਂ ਸ਼ੁਰੂ ਕਰ ਲਿਆ ਕੰਮ ਹੌਲੀ ਹੌਲੀ, ਉਹ ਤੋਂ ਗਾਂ। ਹਾਂਜੀ ਹਾਂਜੀ, ਹੌਲੀ ਹੌਲੀ ਬਸ ਉਦੋਂ। ਵੈਸੇ ਬਾਈ ਸੈਲਫ ਡਰਾਈਵ ਦੇ ਉੱਪਰ ਮੰਨ ਲਓ ਆਪਣੇ ਕੋਲ ਇੱਕ ਤਾਂ ਆਹ ਸੀਗੀ ਰੂਟ ਦੀ ਹੁਣ ਹਨਾ, ਪਰ ਇਹ ਹੋਰ ਕਿਹੜੀ ਕਿਹੜੀ ਹੈਗੀ ਸੈਲਫ ਡਰਾਈਵ ਤੇ ਜੇ ਕਿਸ ਨੇ ਆਪਣੀ ਵੀਰ ਨੇ? ਹੋਰ ਆਪਣੇ ਕੋਲੇ ਐਲਸੀ ਹੈਗਾ ਜੀ, ਐਲਸੀ ਆ, ਤੇ ਦੂਸਰਾ ਰੇਂਜ ਰੋਵਰ ਵੀ ਹੈਗਾ ਜੀ, ਉਹ ਵੀ ਦੇ ਦਿੰਨੇ ਆ ਆਪਾਂ। ਅੱਛਾ ਹਾਂ, ਬਾਕੀ ਫੋਰਚੂਨਰ ਤਾਂ ਹੈਗੀ ਆ ਜੀ, ਤੁਹਾਨੂੰ ਪਤਾ ਹੋਣਾ, ਫੋਰ ਨਵੇਂ ਮਾਡਲ ਪੁਰਾਣਾ ਮਾਡਲ ਉਹ ਦੋਨੇ ਸ਼ੇਪ ਵਾਲੇ ਹੈਗੇ ਆ, ਆਲ ਟਾਈਮ ਅਵੇਲੇਬਲ ਹੁੰਦਾ, ਆਲ ਟਾਈਮ, ਆਲ ਟਾਈਮ। ਹਾਂਜੀ ਹਾਂਜੀ। ਵੈਸੇ ਭਾਈ ਇੱਦਾਂ ਦੀ ਗੱਡੀ ਲੈਣ ਲੱਗੇ ਬੰਦੇ ਨੂੰ ਪਹਿਲਾਂ ਜਿਗਰਾ ਕਿਹੋ ਜਿਹਾ ਕਰਨਾ ਪੈਂਦਾ, ਸੱਚੀ ਦੱਸਿਓ ਉਦਾਂ? ਜਿਗਰਾ ਤਾਂ ਵੀਰੇ ਕਰਨਾ ਹੀ ਪੈਂਦਾ ਜੀ, ਜਿਗਰਾ ਤਾਂ ਯਾਰ 6 ਮਹੀਨੇ ਜਿਗਰਾ ਕਰ ਲੈਂਦੇ ਹਰ ਵਾਰੀ ਗੱਡੀ ਉਦਾਂ ਦੀ ਲੈਣ। ਹਾਂਜੀ, ਐਲਕੀ ਤਾਂ ਦੋ ਇਕੱਠੀਆਂ ਹੀ ਆ ਨੇ ਹਨਾ? ਹਾਂਜੀ ਹਾਂਜੀ ਹਾਂਜੀ, ਇਹ ਆਈ ਜੀ ਇਹਦੇ ਨਾਲ ਆਈ ਸੀ, ਐਲ ਸੀ। ਹਾਂਜੀ, ਪਿੱਛੇ ਪਿੱਛੇ ਤੁਰੀ ਆਉਂਦੀ ਵਿੱਕੀ ਹੈ, ਤੈਨੂੰ ਉਹਦੇ 'ਚ ਪਾਵਾਂਗੇ ਹੁਣ ਮੋੜ ਕੇ, ਉਹ ਪਿੱਛੇ ਤੁਰਿਆ ਆਉਂਦਾ ਐਲ ਸੀ ਜਿਹੜਾ ਹੈ। ਹਾਂਜੀ। ਅੱਛਾ, ਇਹ ਬਾਈ ਇਦੂਗਾ ਇਹਦਾ ਸ਼ੌਂਕ ਹੈਗਾ ਯਾਰ ਇਹਨੂੰ ਆਫ ਰੋਡਿੰਗ ਤੇ ਲੈ ਕੇ ਜਾਈਏ ਕੁਛ ਇੱਦਾਂ, ਜਾਂ ਕੋਈ ਪਹਿਲਾਂ ਗਾਹਕਾਂ ਨੂੰ ਦੇਣੀ ਆ ਹਜੇ? ਨਹੀਂ, ਅਸੀਂ ਤਾਂ ਮੇਨ ਨਾ ਗਾਹਕਾਂ ਲਈ ਵੀ ਰੱਖਦੇ ਹੁੰਦੇ ਹਾਂ ਆਪ, ਅਸੀਂ ਉਹ ਜਾਂ ਤੂੰ ਓਨਾ ਕੁ ਅਸੀਂ ਇਹਦੇ ਨਾਲ ਧੱਕਾ ਨਹੀਂ ਕਰਦੇ, ਯਾਨੀ ਠੀਕ ਆ ਚਲੋ ਆਪਦੇ ਸ਼ੌਂਕ ਵੀ ਪੂਰੇ ਕਰੀ ਜਾਂਦੇ ਹਾਂ, ਪਰ ਆਫ ਰੋਡਿੰਗ ਵਾਲਾ ਕੰਮ ਨਹੀਂ ਹਜੇ ਇੰਨਾ ਕਰਦੇ ਵੀ ਚਲੋ ਇਹ ਹੈਗਾ ਕੀ ਆ ਊਂ ਸ਼ੌਂਕ ਲਈ ਲੈ ਜਾਂਦੇ ਹਾਂ। ਹਾਂਜੀ ਹਾਂਜੀ, ਬਾਈ ਕੋਲ ਤਾਂ ਯਾਰ ਸੱਚ ਉਹ ਵੀ ਹੈਗੀ ਆ, ਉਹ ਮਸਟੈਂਗ ਜੀ, ਉਹ ਹੈ ਲਾ। ਹਾਂਜੀ ਹਾਂਜੀ, ਮਸਟੈਂਗ VGT। ਹਾਂ, ਉਹ ਵੀ ਦਿੰਨੇ ਹੋ ਹੈਨਾ ਵਿਆਹਾਂ ਤੇ? ਹਾਂਜੀ, ਉਹ ਵਿਆਹਾਂ ਤੇ ਦਿੰਨੇ ਆ ਜੀ, ਉਹ ਉਦਾਂ ਸੈਲਫ ਡਰਾਈਵ ਲਈ ਨਹੀਂ ਦਿੰਦੇ, ਉਹ ਵਿਆਹ ਤੇ ਸੈਲਫ ਡਰਾਈਵ ਲਈ ਦੇ ਦਿੰਨੇ ਆ, ਜਿਵੇਂ ਵਾਪਸੀ ਟਾਈਮ ਤੋਂ ਮੁੰਡਾ ਆਪ ਮੁੰਡਾ ਕੁੜੀ ਦੋਨੋਂ ਆ ਜਾਂਦੇ ਆ, ਉਹ ਵੀ ਇੱਕ ਮਜਬੂਰੀ ਆ, ਚਲੋ ਦੇਣਾ ਪੈਂਦੀ ਆ, ਉਹ ਪਿੱਛੇ ਬੈਠਣਾ ਥੋੜਾ ਜਿਹਾ ਤੰਗ ਆ ਉਹਦੀਆਂ ਸੀਟਾਂ। ਵੈਸੇ ਇੱਕ ਚੀਜ਼ ਮੈਂ ਬਾਈ ਤੁਹਾਡੀ ਦੇਖੀ ਆ, ਜਿਹੜੀਆਂ ਗੱਲਾਂ ਵੀਡੀਓ ਤੋਂ ਲੈਦਾ ਹੁੰਦੀਆਂ, ਪਤਾ ਕਿਵੇਂ ਆਪਣਾ ਤਾਂ ਚਲੋ ਭਾਈਆਂ ਬਾਈਆਂ ਨਾਲ ਹੈਗਾ ਪਿਆਰ। ਹਾਂਜੀ, ਇੱਕ ਹੁੰਦਾ ਕਿ ਕੋਈ ਬੰਦਾ ਬਿਜ਼ਨਸ ਚਲਾਉਂਦਾ ਉਹ ਪਰ ਉਹਨੂੰ ਪ੍ਰਮੋਸ਼ਨ ਵਾਲੇ ਦੀ ਲੋੜ ਹੁੰਦੀ ਆ ਜੀ, ਇੱਕ ਹੁੰਦਾ ਪ੍ਰਮੋਸ਼ਨ ਵਾਲੇ ਦੀ ਲੋੜ ਪੈਂਦੀ ਆ, ਪ੍ਰਮੋਸ਼ਨ ਵਾਲੇ ਆਪ ਆਉਂਦੇ ਨੇ ਹੈ। ਹਾਂਜੀ ਹਾਂਜੀ ਹਾਂਜੀ, ਆਲ ਓਵਰ ਇੰਡੀਆ ਤੋਂ। ਜੀ 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 ਜੀ, ਬਈ ਫਰਕ ਪੈਂਦਾ ਇਹਨਾਂ ਦੇ ਨਾਲ ਹੈ? ਪੈਂਦਾ ਪੈਂਦਾ ਵੀਰੇ, ਪੈਂਦਾ ਜੀ। ਉਹ ਦੇਖੋ ਐ ਹੁੰਦਾ ਜਦੋਂ ਤੁਹਾਡੀ ਆ ਜਿਵੇਂ ਹਨਾ, ਤਾਂ ਆਪਾਂ ਦੇਖ ਲੈਂਦੇ ਆ ਇੰਸਟਾ ਤੇ ਜਾਂ ਕਿਤੇ ਵੀ, ਉਹ ਫਿਰ ਭਾਈ ਹੁਣੀ ਆਪ ਅਪਰੋਚ ਕਰ ਲੈਂਦੇ ਆ ਵੀ ਅਸੀਂ ਵੀਡੀਓ ਕਰਨੀ ਆ। ਕਈ ਜਿਹੜੇ ਸਟਾਰਟਿੰਗ ਕੋਈ ਹੈਗੇ ਆ ਯੂਟਿਊਬ ਚਲਾਉਂਦੇ ਆ ਜਾਂ ਕੋਈ ਵੀ, ਉਹ ਵੀ ਕਰ ਲੈਂਦੇ ਆ ਵੀ ਵੀਰੇ ਚੱਲ ਅਸੀਂ ਯਾਰ ਗੱਡੀਆਂ ਦੀ ਵੀਡੀਓ ਬਣਾ ਲਈਏ, ਜੇ ਕਹਿੰਦੇ ਬਣਾ ਲਓ ਚੱਲ ਯਾਰ ਕੋਈ ਗੱਲ ਨਹੀਂ ਤੁਹਾਡਾ ਫਾਇਦਾ। ਵੈਸੇ ਭਾਈ ਉਦਾਂ ਇਹਨੂੰ ਲਾ ਕੇ ਦੇਖਿਆ ਕਿੰਨੀ ਘੱਟ ਦੌੜਦੀ ਹੋਊਗੀ? ਹਾਂਜੀ ਹਾਂਜੀ ਹਾਂਜੀ, ਜ਼ਰੂਰ ਜ਼ਰੂਰ ਦੇਖਦੇ ਹਾਂ ਜੀ। ਨਹੀਂ ਹੁਣ ਦੇਖਣਾ, ਇੱਥੇ ਕੋਈ ਨਾ ਦੇਖ ਲੈਣੇ ਟ੍ਰੈਫਿਕ ਆ ਥੋੜ੍ਹਾ ਜਿਹਾ, ਨਹੀਂ ਭਜਾ ਭਜੂਗੀ। ਦੇਖੀ ਪਹਿਲਾਂ ਬਾਈ ਕਿੱਥੇ ਕਿੱਥੇ ਜਾਂਦੀ ਹੋਊ ਇਹ? ਹਾਂਜੀ 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 ਵੀਰੇ, ਭੱਜਦੀਆਂ ਤਾਂ ਬਹੁਤ ਨੇ, ਭੱਜਦੀਆਂ ਤਾਂ ਅਸੀਂ ਦੇਖੀ ਆ 140 ਤੱਕ ਤਾਂ। 140 ਤੱਕ ਨੋਰਮਲ ਜਿਹਾ ਹੈ ਇਹਦੇ ਲਈ ਹੈ ਬਈ। ਪਤਾ ਕੀ ਗੱਲ ਆ, ਆਪਾਂ ਸਾਰਾ ਕੁਛ ਆਪਣੇ ਰੋਡ ਉਦਾਂ ਦਾ ਸਾਰਾ ਸੇਫਟੀ ਹੈ ਨਾ, ਕੋਈ ਪਤਾ ਨਹੀਂ ਡੰਗਰ ਪਸ਼ੂ ਕਿੱਧਰੋਂ ਆ ਜੇ, ਰੋਡ ਆਪਣੇ ਇੰਨਾ ਇਹੋ ਜਿਹਾ ਹੈ ਨਹੀਂ ਕੋਈ। ਉਧਰੋਂ ਦਿੱਲੀ ਵੱਲ ਜਾਂਦੇ ਆ ਜਦੋਂ KMP ਆ ਜਾਂ ਉਧਰ, ਉਹ ਰੋਡਾਂ ਤੇ ਮਾੜੀ ਮੋਟੀ ਭਜਾਈ ਜਾ ਸਕਦੀ ਆ। ਹਾਂਜੀ, ਜਿਹੜਾ ਹੁਣ ਮੰਨ ਲਓ ਕਸਟਮਰ ਆਪਣੇ ਕੋਲ ਗੱਡੀ ਲੈ ਕੇ ਜਾਂਦਾ ਬਈ, ਗੱਡੀ ਹੁਣ ਮੰਨ ਲਓ ਬਈ 70-80 ਲੱਖ ਦਾ ਜਦੋਂ ਗੱਡੀ ਅਗਲੇ ਨੂੰ ਦੇਣੀ ਆ ਜੀ ਵੀਰੇ, ਦੇਣ ਤੋਂ ਪਹਿਲਾਂ ਬਈ ਦੇਖਦੇ ਕੀ ਹੋ ਵੈਸੇ ਪਹਿਲਾਂ? ਦੇਖਦੇ ਤਾਂ ਮੇਨ ਅਸੀਂ ਵੀਰੇ ਸਭ ਤੋਂ ਪਹਿਲਾਂ NRI ਆ ਬੰਦਾ, NRI ਆ, ਤਾਂ ਹੀ NRI ਨੂੰ ਹੀ ਗੱਡੀ ਦਿੰਦੇ ਆ ਜੀ ਆਪਾਂ, ਕਿਉਂਕਿ ਉਹਨੂੰ ਜੈਨੂਨ ਲੋੜ ਹੁੰਦੀ ਆ ਜੀ, ਬਹੁਤ ਸਹੀ ਤਰੀਕੇ ਨਾਲ ਚੱਲਦਾ ਹਨਾ, ਲੀਗਲੀ ਦੇ ਵਾਈਜ਼ ਲਾ ਲਓ ਹਨਾ, ਗੱਡੀ ਵਾਈਜ਼ ਵੀ, ਗੱਡੀ ਨੂੰ ਵੀ ਐਂ ਹੁੰਦਾ ਵੀ ਚਲੋ ਸਾਂਭ ਕੇ ਥੋੜ੍ਹਾ ਜਿਹਾ ਹਿਸਾਬ ਨਾਲ ਚਲਾਉਂਦਾ, ਤੇ ਤੂੰ ਕੋਈ ਧੱਕਾ ਨਹੀਂ ਕਰਦਾ।
ਲੈ ਵੀਰੇ ਖੜੀ ਦੇਖੀ ਆ ਨਾ ਗੱਡੀ ਹੁਣ, ਹੁਣ ਤੂੰ ਚੱਲਦੀ ਦੇਖ, ਚੱਲਦੀ ਤਾਂ ਉਦੋਂ ਵੀ ਜ਼ਿਆਦਾ ਸਵਾਦ ਆ ਬਈ। ਐ ਆ ਵੀ ਕੀ ਆਪਣਾ ਉਧਰੋਂ ਸ਼ਾਟ ਜੇ ਲੈਂਦਾ ਪਿਆ ਗੱਡੀ ਦੇ, ਹੈ ਚੀਜ਼ ਆ ਯਾਰ ਗੱਡੀ ਚੱਲਦੀ ਆ ਰੋਡ ਦੇ ਉੱਤੇ। ਮੈਂ ਕਹਿੰਦਾ ਬਾਈ ਉਹ ਯਾਰ ਕਿਹੜਾ ਬੰਦਾ ਨੀ ਜਿਹੜਾ ਦੇਖ ਕੇ ਨੀ ਜਾਂਦਾ ਹੈ। ਹਾਂਜੀ 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 ਯਾਰ ਗੱਡੀ ਵਾਲੀ ਦਾ ਰੋਹ ਬਹੁਤ। ਇਹ ਭਾਈ ਇੱਕ ਗੱਲ ਦੱਸਿਓ, ਹਾਂਜੀ ਇਹ ਗੱਡੀ ਦੇਖ ਕੇ ਲੋਕ ਇਹ ਤਾਂ ਮੁੜ ਮੁੜ ਕੇ ਕਿੰਨੇ ਕੁ ਦੇ ਨੇੜਿਓ ਲੰਘਦੇ ਆ? ਬਹੁਤ ਬਹੁਤ ਵੀਰੇ ਇਹਦਾ, ਉਹਦਾ ਫਾਇਦਾ ਕੀ ਵੀਰੇ ਜਿਹੜੀ ਗੱਡੀ ਨੂੰ ਸ਼ੌਂਕ ਨਾਲ ਰੱਖੀ ਆ ਤੇ ਸਿਰ ਨਾ ਘੁਮਾਵੇ ਹਾਂ ਲੋਕਾਂ ਦੇ। ਹਾਂ ਇਹ ਤਾਂ ਹੈ ਯਾਰ, ਹੈ ਆਪਦਾ ਨੀ ਬਾਕੀ ਯਾਰ ਹੈ। ਤੇ ਆਪਣਾ ਵਿੱਕੀ ਉਹ ਦੂਜੀ LLC ਦੇ ਵਿੱਚ ਲੱਗਿਆ ਹੈ। ਹਾਂਜੀ ਹਾਂਜੀ ਬਈ ਇੱਕ ਚੀਜ਼ ਆ, ਆਪਾਂ ਤੁਰੇ ਹੋ ਆ, ਐ ਨਹੀਂ ਹੈਗਾ ਕਿ ਕੋਈ ਬੰਦਾ ਹੋਰਨ ਮਾਰਦਾ ਕਿ ਯਾਰ ਮੈਨੂੰ ਗਾਹ ਲਗਾ ਦੇ। ਹਾਂਜੀ 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 ਸਹੀ ਗੱਲ। ਤੇ ਬਈ ਹੁਣ ਵੈਸੇ ਸੱਚੀ ਗੱਲ ਦੱਸਿਓ ਯਾਰ, ਜੱਦਣ ਦੀ ਗੱਡੀ ਲਈ ਹੋ ਆ ਹੈ, ਹਾਂਜੀ ਉਦਣ ਦੀ ਆਪਾਂ ਨੂੰ 4 ਮਹੀਨੇ ਬਾਅਦ ਜਾ ਕੇ ਟਾਈਮ ਮਿਲਿਆ ਕਿ ਯਾਰ ਆ ਗੱਡੀ ਦੀ ਕਰ ਲਈ ਵੀਡੀਓ, ਹੁਣ ਇਸ ਟਾਈਮ ਕਿੰਨੀ ਕੁ ਡਿਮਾਂਡ ਗੱਡੀ ਦੀ ਹੈਗੀ ਇਹਦੀ? ਉਦਾਂ ਇਸ ਟਾਈਮ ਵੀਰੇ ਐਂ ਹੁੰਦਾ ਆਹ ਟਾਈਮ 'ਚ ਨਾ ਕਿ ਥੋੜ੍ਹਾ ਜਿਹਾ ਸਲੋਅ ਹੋ ਜਾਂਦਾ ਕੰਮ। ਹਾਂ ਆਹ ਟਾਈਮ ਸਲੋਅ ਹੋ ਜਾਂਦਾ, ਇਹ ਜ਼ਿਆਦਾ ਸੀਜ਼ਨਲ ਕੰਮ ਹੈਗਾ, ਜਿਵੇਂ ਸੀਜ਼ਨ 'ਚ ਜ਼ਿਆਦਾ ਡਿਮਾਂਡ ਵੀਰੇ। ਹਾਂਜੀ ਹਾਂਜੀ ਇਹਦਾ 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 ਉਦਾਂ ਤਾਂ ਨਹੀਂ ਰੋਪ ਘੱਟਦਾ ਕਿ ਭਾਈ ਯਾਰ? ਰੋਹ ਤਾਂ ਨਹੀਂ ਘੱਟਦਾ ਜੀ, ਰੋਹ ਨਹੀਂ ਘੱਟਦਾ ਇਹਦਾ। ਹਾਂਜੀ ਵੈਸੇ ਬਾਈ ਕੀ ਲੱਗਦਾ ਯਾਰ ਹੁਣ ਇਦੂ ਬਾਅਦ ਇਹ ਗੱਡੀ ਨੂੰ ਮੋਡੀਫਾਈ ਕਰਾ ਲਈਏ ਕਿਸੇ ਪਾਸੇ, ਯਾਰ ਆਹ ਬਦਲਾ ਦਾਂਗੇ ਇਹਦਾ, ਇਹ ਬਦਲਾ ਦਾਂਗੇ, ਕੁਛ ਹੈ ਰਹਿ ਗਿਆ ਕੁਛ ਕਰਨ ਨੂੰ? ਵੀਰੇ ਦੇਖੋ ਥੋੜ੍ਹਾ ਬਹੁਤਾ ਟਾਈਮ ਦੇ ਹਿਸਾਬ ਨਾਲ ਨਵੀਆਂ ਚੀਜ਼ਾਂ ਕੁਛ ਆ ਜਾਂਦੀਆਂ, ਉਹ ਬੰਦਾ ਚੇਂਜ ਕਰ ਲੈਂਦਾ, ਪਰ ਜ਼ਿਆਦਾ ਵੀ ਨਹੀਂ ਆਪਾਂ ਨਾ ਜ਼ਿਆਦਾ ਉਹ ਵੀ ਨਹੀਂ ਕਰਦੇ, ਕਹਿਣ ਤੋਂ ਜਲੂਸ ਜਿਹਾ ਵੀ ਉਹ ਨਹੀਂ ਹੈ, ਜਿਹੜਾ ਸਿੰਪਲ ਸੋਬਰ ਜਿਹਾ ਕੰਮ ਲਾਇਆ ਲੁਆਇਆ ਤੱਕ ਹੈ ਨਾ, ਜਾਂ ਹੋਰ ਥੋੜ੍ਹਾ ਬਹੁਤਾ ਕੋਈ ਬਾਹਲਾ ਆਪਾਂ ਛੇੜਛਾੜ ਹੋਰ ਨਹੀਂ ਜ਼ਿਆਦਾ ਕਰਦੇ। ਹਾਂਜੀ ਬਾਕੀ ਐਂ ਆ ਮਿੱਤਰੋ, ਜਿੰਨੇ ਕੁ ਬੰਦੇ ਸਾਨੂੰ ਦੇਖਦੇ ਨੇ ਨਾ ਭਾਈ, ਇਹ ਵੀਰ ਭਰਾ ਸਾਡੇ ਉਹ ਵਾਲੇ ਆ ਜਿਹਨਾਂ ਨੂੰ ਵਾਕਈ ਪਤਾ ਗੱਡੀਆਂ ਰੱਖਣੀਆਂ ਕਿੱਦਾਂ ਆ। ਗੱਡੀਆਂ ਬਹੁਤ ਜਾਣੇ ਚਲਾਉਂਦੇ ਨੇ ਵੈਡਿੰਗ ਲਾਈਨ ਦੇ ਵਿੱਚ, ਪਰ ਗੱਡੀਆਂ ਪੁੱਤਾਂ ਕਿਵੇਂ ਰੱਖਣੀਆਂ ਜਾਂ ਕਹਿ ਦਈਏ ਬਈ ਰਾਣੀਆਂ ਕਿਵੇਂ ਰੱਖਣੀਆਂ, ਭਾਈ ਇਹਨਾਂ ਨੂੰ ਪਤਾ ਆ ਬਿਲਕੁਲ। ਤੇ ਬਾਕੀ ਮਿੱਤਰੋ ਦੇਖੋ, ਇਹ ਇਕੱਲੀ ਪ੍ਰਮੋਸ਼ਨ ਨਹੀਂ ਹੈਗੀ, ਪ੍ਰਮੋਸ਼ਨ ਹੈ ਹੀ ਨਹੀਂ, ਮੈਂ ਸੱਚੀ ਗੱਲ ਦੱਸਾਂ ਭਾਈ ਇਹਨਾਂ ਨੂੰ ਪ੍ਰਮੋਸ਼ਨ ਦੀ ਲੋੜ ਨਹੀਂ। ਤੇ ਪਰ ਐਂ ਆ ਜਿਹਨੇ ਵੀ ਵਿਆਹ 'ਤੇ ਗੱਡੀ ਕਰਨੀ, ਭਾਵੇਂ ਰੋਲਸ ਰੋਇਸ, ਭਾਵੇਂ ਰੂਬੀ ਕੌਨ, ਜਿਹੜੀ ਮਰਜ਼ੀ ਕਰਨੀ ਆ, ਜਿਹੜੀ ਗੱਡੀ ਚਾਹੁੰਦੇ ਭਾਈ ਪੈਦਾ ਕਰ ਦੇਣਗੇ ਸਾਡੇ ਭਰਾ ਹੈਗੇ ਰੋਇਲ ਲਿਮੋ ਵਾਲੇ, ਬਾਈ ਸਾਡਾ ਗੈਰੀ, ਬਾਈ ਸਾਡਾ ਹੈਪੀ, ਤੇ ਜਿਨ੍ਹਾਂ ਨੂੰ ਨਹੀਂ ਮਿਲਿਆ ਨਾਮ ਆਪਾਂ ਉਹਨਾਂ ਦੇ ਵੀ ਲੈ ਲਈਏ। ਹੈਂ ਹਾਂਜੀ ਬਾਈ, ਹਾਂਜੀ ਬਾਈ, ਹੋਰ ਆਪਣੇ ਕਿਹੜੇ ਕਿਹੜੇ ਬਾਈ ਹੈ? ਪ੍ਰਗਟ ਪ੍ਰਗਟਾ ਬਾਈ ਆਪਣਾ ਹਨਾ ਨਾਲ, ਹਾਂਜੀ ਹਾਂਜੀ, ਬਾਕੀ ਸਾਡਾ ਸਟਾਫ ਆ ਵੀਰੇ ਹਨਾ, ਉਹ ਸਾਡਾ ਸਟਾਫ ਹੈਗਾ। ਹਾਂ ਕਿ ਭਾਈ ਇਹਨਾਂ ਸਾਰਿਆਂ ਦੀ ਮਿਹਨਤ ਦੇ ਨਾਲ ਤੇ ਭਾਈ ਇਹ ਗੱਡੀਆਂ ਖੜੀਆਂ ਹੁੰਦੀਆਂ ਬਾਈ, ਤੁਸੀਂ ਹੁਣ ਮੁੱਲਾਪੁਰ ਦਾਖਾ, ਹਾਂਜੀ ਹਾਂਜੀ, ਰੋਇਲ ਲਿਮੋ ਦਾ ਦਫ਼ਤਰ ਆ ਤੇ ਨੰਬਰ ਦੇ ਸਕਰੀਨ ਤੇ, ID ਦੇਤੀਆਂ ਸਕਰੀਨ ਤੇ। ਤੇ ਬਾਕੀ ਮਿੱਤਰੋ ਆਸ ਕਰਦੇ ਵੀਡੀਓ ਤੁਹਾਡੇ ਕੰਮ ਆਵੇ, ਸਾਡੇ ਭਰਾਵਾਂ ਦੇ ਵੀ ਕੰਮ ਆਵੇ, ਬਾਕੀ ਬਾਈ ਤੁਹਾਡਾ ਸਾਰਿਆਂ ਦਾ। ਤੇ ਸਮਾਂ ਦੇਣ ਲਈ ਧੰਨਵਾਦ ਜੀ, ਤੇ ਬਾਈ ਟਾਟਾ ਟਾਟਾ ਹੋ ਗਈ ਹੈ, ਲੈ ਲੈ ਜਾਂਦਾ ਲੈ।